ਭਰੇਵਾ ਆ ਉਹਦੇ 150 ਫੋਨ ਕਾਲ ਮੇਰੀ ਨਾਲ ਦੀ ਨੂੰ ਆ ਇਕੱਲੇ ਨੇ ਉਹ ਵੀ ਨਾ ਰਲਿਆ ਇਹਦਾ ਭਰਾ ਕਰਨ ਜਿਹੜਾ ਬਿਜਲੀ ਮੈਂ ਕੋਈ ਜੋ ਰਲਿਆ ਇਹਦੇ ਡੈਡੀ ਜਿਹੜੇ ਆ ਧਿਆਨਪਾਲ ਜੀ ਉਹ ਵੀ ਨਾ ਰਲੇ ਆ ਇਹਦੀ ਮੰਮੀ ਵੀ ਰਲੀ ਆ ਮੇਰੇ ਕੋਲ ਸਾਰੀਆਂ ਦੀ ਮੰਮੀ ਦੀਆਂ ਆਡੀਓ ਹੈਗੀਆਂ ਡਾਕਟਰ ਰਲਿਆ ਡਾਕਟਰ ਦੀ ਮੰਮੀ ਰਲੀ ਡਾਕਟਰ ਦਾ ਪਿਓ ਰਲਿਆ ਇਹ ਮੇਰੀ ਦੁਕਾਨ 'ਤੇ ਗਏ ਸੀ ਉੱਥੇ ਕਹਿੰਦੇ ਸੀ ਕਿ ਸਾਡਾ ਮੁੰਡਾ ਇਹ ਵਿੱਚ ਨਹੀਂ ਹੈਗਾ ਸਾਡੇ ਮੁੰਡੇ ਦਾ ਕੋਈ ਰੋਲ ਨਹੀਂ ਆ ਜੇ ਸਾਡੇ ਮੁੰਡੇ ਦਾ ਰੋਲ ਹੋਊਗਾ ਸਾਡੇ ਮੁੰਡੇ ਚੌਂਕ 'ਚ ਲੈ ਕੇ ਗੋਲੀ ਮਾਰ ਦੇਣਗੇ ਆਪਣੇ ਮੁੰਡੇ ਦੀ ਸਪੋਰਟ ਕਰਨ ਦੇ ਮੈਡੀਕਲ ਸਟੋਰ ਦੇ ਬਾਹਰ ਇੱਕ ਸ਼ਖਸ ਦੇ ਵੱਲੋਂ ਆਪਣੇ ਪਰਿਵਾਰ ਸਮੇਤ ਹੰਗਾਮਾ ਕੀਤਾ ਗਿਆ ਅਤੇ ਮੈਡੀਕਲ ਸਟੋਰ ਵਾਲੇ ਦੇ ਉੱਤੇ ਇਸ ਸ਼ਖਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸਦੀ ਪਤਨੀ ਨੂੰ ਇਸ ਮੈਡੀਕਲ ਸ਼ੋਪ ਵਾਲੇ ਨੇ ਲੁਕੋ ਕੇ ਆਪਣੇ ਕੋਲ ਰੱਖਿਆ ਹੋਇਆ ਹਾਲਾਂਕਿ ਇਸ ਤੋਂ ਇਲਾਵਾ ਇਸ ਸ਼ਖਸ ਦੇ ਵੱਲੋਂ ਹੋਰ ਵੀ ਕਾਫੀ ਗੰਭੀਰ ਇਲਜ਼ਾਮ ਇਸ ਮੈਡੀਕਲ ਸਟੋਰ ਵਾਲੇ ਦੇ ਉੱਪਰ ਲਗਾਏ ਗਏ ਨੇ ਉੱਥੇ ਇਸ ਸ਼ਖਸ ਦਾ ਕਹਿਣਾ ਕਿ ਪੁਲਿਸ ਨੂੰ ਵੀ ਇਸ ਸੰਬੰਧੀ ਉਸਨੇ ਸੂਚਨਾ ਦਿੱਤੀ ਪਰੰਤੂ ਹਾਲੇ ਤੱਕ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਉਸਨੇ ਮੈਡੀਕਲ ਸਟੋਰ ਵਾਲੇ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਦੀ ਪਤਨੀ ਨੂੰ ਉਸਨੇ ਅਗਲੇ ਦਿਨ ਤੱਕ ਇੱਥੇ ਨਹੀਂ ਲਿਆਂਦਾ ਉਸਦੇ ਸਾਹਮਣੇ ਨਹੀਂ ਲਿਆਂਦਾ ਤਾਂ ਉਹ ਅਤੇ ਉਸਦੀ ਧੀ ਦੋਵੇਂ ਹੀ ਤੇਲ ਪਾ ਕੇ ਆਪਣੇ ਆਪ ਨੂੰ ਇੱਥੇ ਅੱਗ ਲਾ ਲੈਣਗੇ ਅਤੇ ਇਸਦੀ ਜ਼ਿੰਮੇਵਾਰੀ ਜੋ ਹੈ ਸਿੱਧਾ ਹੀ ਮੈਡੀਕਲ ਸ਼ੋਪ ਵਾਲੇ ਦੀ ਹੋਵੇਗੀ ਕਿਉਂਕਿ ਉਸਨੇ ਹੀ ਉਸਦੀ ਪਤਨੀ ਨੂੰ ਆਪਣੇ ਕੋਲ ਲੁਕੋ ਕੇ ਰੱਖਿਆ ਹੋਇਆ ਇਸ ਤੋਂ ਇਲਾਵਾ ਉਸ ਸ਼ਖਸ ਨੇ ਇਹ ਵੀ ਦਾਅਵਾ ਕੀਤਾ ਕਿ ਉਸਦੀ ਪਤਨੀ ਉਸੀ ਕੋਲ ਹੈ ਕਿਉਂਕਿ ਉਸਦੇ ਕੋਲ ਕਈ ਪੁਖਤਾ ਇਸਦੇ ਸਬੂਤ ਵੀ ਨੇ ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸ਼ਖਸ ਦੀ ਪਤਨੀ 15 ਫਰਵਰੀ ਤੋਂ ਘਰੋਂ ਲਾਪਤਾ ਹੈ ਅਤੇ ਇਸ ਸ਼ਖਸ ਦੇ ਵੱਲੋਂ ਹੁਣ ਇਲਜ਼ਾਮ ਲਗਾਏ ਗਏ ਨੇ ਕਿ ਇਸ ਮੈਡੀਕਲ ਸਟੋਰ ਵਾਲੇ ਨੇ ਹੀ ਉਸਦੀ ਪਤਨੀ ਨੂੰ ਆਪਣੇ ਕੋਲ ਲੁਕੋ ਕੇ ਰੱਖਿਆ ਹੋਇਆ ਕਿਉਂਕਿ ਉਹਨਾਂ ਦਾ ਪੂਰਾ ਪਰਿਵਾਰ ਇਸ ਮੈਡੀਕਲ ਸਟੋਰ ਵਾਲੇ ਤੋਂ ਹੀ ਦਵਾਈ ਲੈਂਦਾ ਅਤੇ ਜੋ ਮੈਡੀਕਲ ਸਟੋਰ ਵਾਲਾ ਉਸਨੇ ਉਸਦੀ ਪਤਨੀ ਨੂੰ ਗੱਲਾਂ ਦੇ ਵਿੱਚ ਲਾ ਲਿਆ ਬਹਿਲਾ ਫੁਸਲਾ ਕੇ ਕਿਸੇ ਅਜਿਹੀ ਥਾਂ ਦੇ ਉੱਤੇ ਲੁਕੋ ਕੇ ਰੱਖਿਆ ਜਿੱਥੇ ਉਹ ਨਹੀਂ ਪਹੁੰਚ ਪਾ ਰਿਹਾ ਹਾਲਾਂਕਿ ਉਸਦਾ ਦਾਅਵਾ ਹੈ ਕਿ ਪਹਿਲਾਂ ਇਸ ਮੈਡੀਕਲ ਸਟੋਰ ਵਾਲੇ ਨੇ ਉਸਦੀ ਪਤਨੀ ਨੂੰ ਖਰੜ ਦੇ ਵਿੱਚ ਰੱਖਿਆ ਸੀ ਪਰ ਜਿਵੇਂ ਹੀ ਇਹ ਖਰੜ ਦੇ ਵਿੱਚ ਗਿਆ ਤਾਂ ਉੱਥੋਂ ਵੀ ਇਸਨੇ ਉਸਨੂੰ ਹਟਾ ਦਿੱਤਾ ਅਤੇ ਹੁਣ ਇਸਦਾ ਕਹਿਣਾ ਹੈ ਕਿ ਇਸਦੇ ਘਰ ਦੇ ਵਿੱਚ ਉਹ ਉਸਦੀ ਪਤਨੀ ਨੂੰ ਨਾਲ ਲੈ ਕੇ ਆਪਣੇ ਰਹਿ ਰਿਹਾ ਤਾਂ ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਉੱਥੇ ਇਸ ਸ਼ਖਸ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਲਦ ਜੇਕਰ ਉਸਦੀ ਪਤਨੀ ਉਸਨੂੰ ਨਾ ਮਿਲੀ ਤਾਂ ਉਹ ਇੱਥੇ ਹੀ ਤੇਲ ਛਿੜਕ ਕੇ ਉਹ ਅਤੇ ਉਸਦੀ ਧੀ ਆਤਮ ਹੱਤਿਆ ਕਰ ਲੈਣਗੇ ਮੇਰਾ ਭਾਜੀ ਰਕੇਸ਼ ਕੁਮਾਰ ਸ਼ੇਰਾ ਨਾਮ ਜੋ ਭਾਜੀ ਇੱਥੇ ਮਸਲਾ ਹੈਗਾ ਜੋ ਕਿ ਇਹ 15 ਫਰਵਰੀ ਨੂੰ ਮੇਰੀ ਵਾਈਫ ਅੰਮ੍ਰਿਤਸਰ ਉਹ ਘਨਪੁਰ ਗਾਲੇ ਤੋਂ ਆਪਣੇ ਪੇਕੇ ਘਰੋਂ ਨਿਕਲੀ ਆ ਡਾਕਟਰ ਸਾਹਿਬ ਨੇ ਆਪਣੇ ਕਿਸੇ ਬੰਦੇ ਕੋਲੋਂ ਸਪੈਸ਼ਲ ਬੰਦਾ ਇਹਨਾਂ ਦਾ ਇੱਥੇ ਦਵਾਈ ਦੇਣ ਆਉਂਦਾ ਉਹਦਾ ਨਾਂ ਗੌਰਵ ਹੈਗਾ ਜੋ ਉਹਨੇ ਮੇਰੀ ਵਾਈਫ ਜਦੋਂ ਬੈਗ ਚੁੱਕੇ ਅਤੇ ਡਾਕਟਰ ਸਾਹਿਬ ਨੇ ਉੱਥੇ ਅੰਮ੍ਰਿਤਸਰ ਕਿਤੇ ਬਾਅਦ ਚੋਂ ਗਾਂਹ ਪਿਛਾਂ ਕਰਕੇ ਉੱਥੇ ਰਖਵਾ ਤਾ ਮੈਂ ਉਸ ਦਿਨ ਦਾ ਆਪਣੀ ਵਾਈਫ ਨੂੰ ਲੱਭਣ ਲਿਆ ਮੈਨੂੰ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ ਮੇਰੇ ਕੋਲ ਪ੍ਰੂਫ ਹੈਗੇ ਡਾਕਟਰ ਸਾਹਿਬ ਦੇ ਮੇਰੇ ਕੋਲ ਡਾਕਟਰ ਸਾਹਿਬ ਦੀ ਰਿਕਾਰਡਿੰਗ ਹੈਗੀਆਂ ਤੇ ਇਹਨਾਂ ਦੀ ਮੇਰੇ ਕੋਲ ਡਿਟੇਲ ਹੈਗੀ ਫੋਨ ਡਿਟੇਲ ਹੈਗੀ ਮੇਰੇ ਕੋਲ ਆਪਣੀ ਵਾਈਫ ਦੀ ਫੋਨ ਡਿਟੇਲ ਹੈਗੀ ਆ ਸਾਬਤ ਸਭ ਕੁਝ ਹੋਇਆ ਜੀ ਇਹ ਤਾਂ ਸਭ ਕੁਝ ਸਾਬਤ ਹੁੰਦਾ ਕਿ ਡਾਕਟਰ ਸਾਹਿਬ ਕੋਲ ਆ ਹਾਂਜੀ ਮੈਂ ਕੀਤੀ DSP ਸਾਹਿਬ ਕੋਲ ਆ ਵੇਖੋ ਜੀ ਮੇਰੇ ਕੋਲ ਪੁਲਿਸ ਕੰਪਲੇਂਟ ਹੈਗੀ ਭਾਜੀ ਇੱਥੋਂ 1.5 ਮਹੀਨਾ ਪਹਿਲੇ ਮੈਨੂੰ ਪਤਾ ਲੱਗਾ ਸੀ ਮੈਂ ਇੱਥੋਂ 2 ਗੱਡੀਆਂ ਲੈ ਕੇ ਭੱਗ ਗਏ ਹਾਂ ਖਰੜ ਚੰਡੀਗੜ੍ਹ ਉੱਥੇ ਇਹਦੀ ਪਹਿਲੀ ਵੋਟੀ ਦੀ ਸਾਲੀ ਰਹਿੰਦੀ ਆ ਉੱਥੇ ਉਹਦੀ PG ਹੈਗੀ ਆ ਇੰਨੇ ਪਹਿਲੇ ਉੱਥੇ ਰੱਖਿਆ ਸੀ 2 ਮਹੀਨੇ ਇਹਦੀ ਸਾਲੀ ਬਾਅਦ 'ਚੋਂ ਗਈ ਆਪਣੀ ਗੁਰੂ ਕਿਲੋਂ ਆਸਟ੍ਰੇਲੀਆ ਉਸ ਤੋਂ ਬਾਅਦ ਇਹਨੇ ਫਿਰ ਉੱਥੋਂ ਗਾਂਹ ਪਿਛਾਂ ਕਰਤਾ ਜਦੋਂ ਮੈਂ ਖਰੜ ਪਹੁੰਚਿਆ ਉੱਥੇ ਜਾ ਕੇ ਇਹਦੀ ਸਾਲੀ ਦੇ ਘਰ ਗਿਆ ਇਹਦੀ ਸਾਲੀ ਨੇ ਸਾਫ਼ ਸਾਫ਼ ਦੱਸਿਆ ਕਿ ਮੇਰੇ ਘਰ ਉਹ 2 ਮਹੀਨੇ ਰਹਿ ਕੇ ਗਈ ਆ ਅਰਜੀਵ ਨੇ ਛੱਡੀ ਆ ਅਰਜੀਵ ਸ਼ਰਮਾ ਡਾਕਟਰ ਦਾ ਨਾਮ ਆ ਇਹਨੂੰ ਉੱਥੇ ਛੱਡੀ ਸੀ ਉਸ ਤੋਂ ਬਾਅਦ ਉਹਨੇ ਜਗ੍ਹਾ ਚੇਂਜ ਕਰਤੀ ਆ ਲਾਗੇ ਜਾ ਕੇ ਮੈਂ ਦੁਕਾਨਦਾਰਾਂ ਨੂੰ ਪੁੱਛਿਆ ਦੁਕਾਨਦਾਰ ਕਹਿੰਦੇ ਆ ਕਿ ਇੱਥੋਂ ਸੌਦਾ ਲੈ ਕੇ ਜਾਂਦੀ ਰਹੀ ਆ ਕਿੰਨੇ ਬੱਚੇ ਤੁਹਾਡੇ ਮੇਰੀ ਇੱਕ ਗੁੜੀਆ 11 ਸਾਲ ਦੀ ਆ ਜਿਹੜੀ ਭਾਜੀ
ਸਾਡਾ ਆਪਾਂ ਇਹ ਫੈਮਿਲੀ ਡਾਕਟਰ ਆ, ਮੇਰੀ ਵਾਈਫ, ਮੇਰੇ ਮੰਮੀ, ਮੇਰੇ ਸਾਰਾ ਪਰਿਵਾਰ ਆਉਂਦਾ, ਚਾਚੇ ਤਾਂ ਇਹਨਾਂ ਜਗ੍ਹਾ 'ਤੇ ਮੈਡੀਸਨ ਲੈਣ ਆਉਂਦੇ ਸੀ। ਇੱਕ ਸਾਡਾ ਗੁਰ ਭਾਈ ਆ, ਇਹਦੀ ਪਹਿਲੀ ਵੱਟੀ ਵੀ ਮਰੀ ਆ, ਉਹ ਵੀ ਇਹਨੇ ਮੇਰੇ ਹਿਸਾਬ ਨਾਲ ਇਹਨੇ ਮਾਰੀ ਆ। ਦੂਜੀ ਵੱਟੀ ਇਹਨਾਂ ਨੇ ਤੇਜ਼ਾਬ ਪਾਉਣ ਲੱਗੇ ਸੀ, ਘਰੋਂ ਕੱਢੀ ਆ, ਉਹ ਵੀ ਘਰੋਂ ਕੱਢੀ ਇਹਨਾਂ ਦੂਜੀ ਵੱਟੀ ਵੀ। ਹੁਣ ਤੇਜ਼ਾਬ ਵਿਆਹ ਕਰਾਉਣ ਨੂੰ ਫਿਰਦਾ ਜੋ, ਇਹ ਮੈਡੀਕਲ ਸਟੋਰ ਹੈ ਕਿ ਕੀ ਆ? ਅੰਦਰ ਇਹਨੇ ਗੁਫਾ ਬਣਾਈ ਆ ਰਾਮ ਰਹੀਮ ਵਾਂਗ, ਪਿੱਛੇ ਇਹਨੇ ਬੈਡ ਡਾਏ ਆ, ਇਹ ਡਾਕਟਰ ਹੈ ਕਿ ਕੀ ਆ? ਮੈਡੀਕਲ ਸਟੋਰ ਇੱਦਾਂ ਨਹੀਂ ਦੇ, ਪਿੱਛੇ ਕੋਈ ਕੈਬਨ ਡਾਕਟਰ ਨਹੀਂ ਬਣਾਉਂਦਾ, ਇਹਨੇ ਕੈਬਨ ਬਣਾਇਆ ਆਪਣਾ ਸਪੈਸ਼ਲ। ਗੁੜੀਆ ਮੇਰੀ ਦਵਾਈ ਲੈਣ ਆਈ ਆ, ਇਹਨੇ ਵੀਡੀਓ ਕਾਲ ਕਰਕੇ ਵਿਖਾਇਆ ਮਾਂ ਨੂੰ ਕਿ ਆਵੇ ਤੇਰੀ ਕੁੜੀ ਦਵਾਈ ਲੈਣ ਆਈ। ਗੁੜੀਆ ਮੇਰੀ ਨੇ ਵੇਖਿਆ ਇਹ ਚੀਜ਼। ਹੁਣ ਕੀ ਮੰਗ ਕਰਦੇ ਹੋ? ਭਾਜੀ ਮੈਂ ਮੰਗ ਇਹ ਕਰਦਾ, ਮੈਨੂੰ ਇਨਸਾਫ਼ ਮਿਲਣਾ ਚਾਹੀਦਾ। ਆਮ ਆਦਮੀ ਪਾਰਟੀ ਸਰਦਾਰ ਕੁਲਦੀਪ ਸਿੰਘ ਧਾਰੀ ਵਾਲੇ ਕੇ ਨੇਕ ਇਨਸਾਨ ਆ, ਮੈਨੂੰ ਉਹਨਾਂ ਤੇ ਪੂਰਾ ਭਰੋਸਾ ਆ ਕਿ ਉਹ ਮੈਨੂੰ ਇਨਸਾਫ਼ ਦਿਵਾਉਣਗੇ। ਸਭ ਕੁਝ ਹੁੰਦਾ ਆ, ਕਿਹੜਾ ਕੰਮ ਨਹੀਂ ਹੁੰਦਾ ਆ? ਇਹ ਮੈਡੀਕਲ ਸਟੋਰ ਤੇ ਦੇਖੋ, ਕੋਈ ਮੈਂ ਕਹਿੰਦਾ ਆਪਣੀ ਧੀ ਭੈਣ ਤੇ ਦਵਾਈ ਲੈਣ ਭੇਜੇ ਹੀ ਨਾ। ਇਹ ਸਭ ਤੋਂ ਮਾੜਾ ਮੈਡੀਕਲ ਸਟੋਰ ਆ, ਸਭ ਤੋਂ ਮਾੜਾ ਡਾਕਟਰ, ਨਿਕੰਮੇ ਡਾਕਟਰ ਆ ਇਹ। ਇਹਨਾਂ ਦਾ ਪਿਓ ਇੰਨਾ ਬਜ਼ੁਰਗ ਆ, ਉਹ ਨਹੀਂ ਸੱਚ ਦਿੰਦਾ, ਇਹਦੀ ਮਾਂ ਆ ਉਹ ਨਹੀਂ ਸੱਚ ਬੋਲਦੀ ਪਈ। ਮੇਰੇ ਕੋਲ ਸਾਰਿਆਂ ਦੀ ਰਿਕਾਰਡਿੰਗ ਹੈਗੀਆਂ ਇਹਨਾਂ ਦੀਆਂ, ਮੇਰੀ ਵਾਈਫ ਨਾਲ ਗੱਲ ਕਰਦੀ, ਜਿਹੜੀ ਮਾਂ ਦੀ ਰਿਕਾਰਡਿੰਗ ਹੈਗੀਆਂ, ਇਹਦੀ ਡਾਕਟਰ ਦੀ ਮਾਂ ਦੀ, ਡਾਕਟਰ ਦੀ ਭੈਣ ਦੀ ਹੈਗੀਆਂ। ਹਾਂਜੀ 200% ਭਾਜੀ, 1000% ਇਹਦੇ ਕੋਲ ਆ। ਮੰਗ ਮੇਰੀ ਉਹੀ ਹੈ ਭਾਜੀ, ਮੇਰੀ ਵਾਈਫ ਮੇਰੇ ਹੱਥ 'ਚ ਦਿੱਤੀ ਜਾਏ, ਸਾਡਾ ਇਹਨਾਂ ਦਾ ਰੌਲਾ ਕੋਈ ਨਹੀਂ। ਅਜੇ ਨਹੀਂ ਹੁੰਦਾ ਫਿਰ ਅਸੀਂ ਇਹਨਾਂ ਦੇ ਇੱਥੇ ਦੁਕਾਨ ਤੇ ਅੱਗੇ, ਕੱਲ ਮੈਂ ਪੈਟਰੋਲ ਪਾ ਕੇ ਆਪਣੀ ਗੁੜੀਆਂ ਨੂੰ ਤੇ ਮੈਂ ਆਪਣਿਆਂ ਨੂੰ ਅੱਗ ਲਾ ਲੈਣੀ ਜੋ। ਇਹ DSP ਸਾਹਿਬ ਵੀ ਸੁਣ ਲੈਣ, SHO ਸਾਹਿਬ ਵੀ ਨਾਲਾ ਵੀ ਸੁਣ ਲੈਣ, ਕੱਲ ਮੈਂ ਇੱਥੇ ਆਪਣੀ ਕੁੜੀ ਨੂੰ ਲੈ ਕੇ ਆਪਣੀ ਤੇਰੀ ਦੁਕਾਨ ਤੇ ਵੀ ਅੱਗ ਲਾਉਣੀ ਜੋ। ਮੈਂ ਰਾਜੀਵ ਸ਼ਰਮਾ ਜੀ, ਸ਼ਿਵ ਸ਼ਕਤੀ ਮੈਡੀਕਲ ਸਟੋਰ ਦਾ ਮਾਲਿਕ, ਬੱਸ ਸਟੈਂਡ ਦੇ ਲਾਗੇ ਮੈਂ ਦੁਕਾਨ ਕਰਦਾ। ਤੇ ਵੇਖੋ ਜੀ, ਕੋਈ ਇਲਜ਼ਾਮ ਉਹਨਾਂ ਨੇ ਮੇਰੇ ਤੇ ਜਿਹੜੇ ਲਗਾਏ ਨੇ ਉਹ ਬਿਲਕੁਲ ਬੇਬੁਨਿਆਦ ਨੇ। ਮੈਂ ਇਸ ਬਾਰੇ ਕੁਛ ਨਹੀਂ ਜਾਣਦਾ, ਮੈਂ ਦੁਕਾਨਦਾਰੀ ਕਰਦਾ ਪਿਆ ਬੜੇ ਸਾਲਾਂ ਤੋਂ, ਇੱਥੇ ਮੇਰੀ ਦੁਕਾਨਦਾਰੀ ਚੰਗੀ ਚੱਲਦੀ ਹੈ। ਤੋ ਮੈਨੂੰ ਬਦਨਾਮ ਕਰਨ ਵਾਸਤੇ, ਮੇਰੀ ਦੁਕਾਨਦਾਰੀ ਖਰਾਬ ਕਰਨ ਵਾਸਤੇ ਇਹੋ ਜਿਹੇ ਇਲਜ਼ਾਮ ਮੇਰੇ ਤੇ ਲਗਾਏ ਜਾ ਰਹੇ ਨੇ। ਬਾਕੀ ਇਹ ਜੋ ਮੈਟਰ ਉਹਨਾਂ ਦੇ ਘਰ ਦਾ ਹੈ, ਉਹ ਮੈਨੂੰ ਉਸ ਬਾਰੇ ਕੁਛ ਨਹੀਂ ਪਤਾ। ਹਾਂ, ਮੇਰੇ ਕੋਲ ਦਵਾਈਆਂ ਲੈਣ ਆਉਂਦੇ ਸੀ ਉਹ ਸਾਰੇ ਜਾਣੇ, ਉਹਨਾਂ ਦੀ ਕੁੜੀ ਵੀ ਆਉਂਦੀ ਸੀ, ਉਹਨਾਂ ਦੀ ਨੂੰਹ ਵੀ ਆਉਂਦੀ ਸੀ, ਆਪ ਵੀ ਸਾਰੇ ਜਾਣੇ, ਸਾਰਾ ਪਰਿਵਾਰ ਮੇਰੇ ਕੋਲ ਦਵਾਈਆਂ ਲੈਣ ਆਉਂਦੇ। ਦੇਖੋ ਰਿਕਾਰਡਿੰਗਸ ਦੇ ਵਿੱਚ ਇਹ ਹੈ ਨਾ ਕਿ ਕੋਈ ਦਵਾਈਆਂ ਲੈਣ ਵਾਸਤੇ ਮੇਰੇ ਕੋਲ ਫੋਨ ਕਰੇਗਾ, ਮੈਨੂੰ ਸਲਾਹ ਵੀ ਦੇਣੀ ਪੈਣੀ ਹੈ ਜੀ, ਮੈਨੂੰ ਸਭ ਕੁਝ ਦੱਸਣਾ ਪੈਣਾ। ਅਗਰ ਕੋਈ ਮੈਨੂੰ ਪੁੱਛਦਾ ਹੈ ਕਿ ਇਹ ਮੈਂ ਕਿੱਦਾਂ ਕਰ ਸਕਦੀ ਹਾਂ, ਕੀ ਦਵਾਈ ਖਾ ਸਕਦੀ ਹਾਂ, ਕੀ ਇਹਦਾ ਇਲਾਜ ਹੋ ਸਕਦਾ, ਮੈਨੂੰ ਸਭ ਕੁਝ ਦੱਸਣਾ ਪੈਂਦਾ ਹੈ ਜੀ। ਅਤੇ ਉਹ ਰਿਕਾਰਡਿੰਗਸ ਕਰਕੇ ਕੋਈ ਮੈਨੂੰ ਬਦਨਾਮ ਕਰਨਾ ਚਾਹੇ ਤਾਂ ਉਹਦੇ ਵਾਸਤੇ ਬਹੁਤ ਗਲਤ ਗੱਲ। ਦੇਖੋ ਇਸ ਗੱਲ ਨੂੰ ਲੈ ਕੇ ਮੇਰੇ 'ਤੇ ਹਮਲਾ ਵੀ ਹੋਇਆ ਜੇ 3 ਤਰੀਕ ਨੂੰ, ਔਰ ਹਮਲੇ ਦੇ ਵਿੱਚ ਮੇਰਾ ਨੁਕਸਾਨ ਕੀਤਾ ਗਿਆ, ਮੇਰਾ ਸੱਟ ਲਾਈ ਗਈ, ਮੇਰੇ ਪਿਤਾ ਜੀ ਨੂੰ ਸੱਟ ਲੱਗੀਆਂ ਜੇ ਬਹੁਤ ਜ਼ਿਆਦਾ, ਅਤੇ ਉਹ ਦਾਖਲ ਵੀ ਗਏ ਨੇ, ਅਸੀਂ ਦਰਖਾਸਤ ਵੀ ਦਿੱਤੀ ਹੈਗੀ ਹੈ, ਪਰ ਅਜੇ ਤੱਕ ਕੁਛ ਬਣਿਆ ਨਹੀਂ ਉਸ ਦਰਖਾਸਤ ਦਾ। ਅਤੇ ਮੈਂ ਤਾਂ ਇਹੋ ਹੀ ਮੰਗ ਕਰਾਂਗਾ ਕਿ ਜੋ ਸੱਚ ਹੈ ਉਹਨੂੰ ਸੱਚ ਨੂੰ ਸਾਹਮਣੇ ਲਿਆਇਆ ਜਾਵੇ ਅਤੇ ਮੇਰੇ ਨਾਲ ਵੀ ਇਨਸਾਫ਼ ਕੀਤਾ ਜਾਵੇ। ਅਤੇ ਬਾਕੀ ਇਹ ਫੋਨ ਵੀ ਇਹ ਮੇਰਾ ਖੋ ਕੇ ਲੈ ਗਏ ਜੀ, ਮੇਰੇ ਪਿਤਾ ਜੀ ਦਾ ਵੀ ਖੋ ਕੇ ਲੈ ਗਏ, ਅਤੇ ਮੁੰਡੇ ਨੇ ਮੰਨਿਆ ਵੀ ਹੈ ਕਿ ਮੈਂ ਫੋਨ ਖੋਇਆ ਹੈ, ਅਤੇ ਮੇਰਾ ਇਹਨਾਂ ਨੇ ਨਾ ਮੇਰੇ ਨਾਲ ਬਹੁਤ ਬੇਇਨਸਾਫੀ ਕੀਤੀ, ਮੈਨੂੰ ਇਨਸਾਫ਼ ਦਿਵਾਇਆ ਜਾਵੇ।